ਤਸਵੀਰਾਂ ਉਸ ਘਰ ਦੀਆਂ ਨੇ ਜੋ ਕਦੀ ਹੱਸਦਾ ਵਸਦਾ ਪਰਿਵਾਰ ਸੀ ਤੇ ਹੁਣ ਨਸ਼ੇ ਨੇ ਉਜਾੜ ਦਿੱਤਾ ਹੈ, ਕਿਉਂਕਿ ਇੱਕ ਨਸ਼ੇੜੀ ਭਰਾ ਦੇ ਵੱਲੋਂ ਹੀ ਆਪਣੇ ਵੱਡੇ ਸਕੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਉਹ ਵੀ ਇੱਕ ਫਰਿੱਜ ਵੇਚਣ ਨੂੰ ਲੈ ਕੇ। ਨਸ਼ੇ ਦੀ ਪੂਰਤੀ ਲਈ ਛੋਟਾ ਭਰਾ ਫਰਿੱਜ ਵੇਚਣਾ ਚਾਹੁੰਦਾ ਸੀ ਤੇ ਵੱਡਾ ਭਰਾ ਉਸ ਨੂੰ ਰੋਕ ਰਿਹਾ ਸੀ, ਤਾਂ ਇਸ ਨਸ਼ੇੜੀ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਤਾ ਤੇ ਲਾਸ਼ ਨੂੰ ਬੈੱਡ ਦੇ ਬਾਕਸ ਵਿੱਚ ਰੱਖਤਾ। ਇੰਨਾ ਹੀ ਨਹੀਂ, ਕਤਲ ਕਰਨ ਤੋਂ ਬਾਅਦ ਪਿਤਾ ਨੂੰ ਫੋਨ ਲਗਾਇਆ ਜਾਂਦਾ ਹੈ ਤੇ ਫੋਨ ਤੇ ਸਭ ਕੁਝ ਦੱਸ ਕੇ ਇਹ ਕਾਤਲ ਭਰਾ ਉੱਥੋਂ ਫਰਾਰ ਹੋ ਜਾਂਦਾ ਹੈ। ਜਦੋਂ ਤੱਕ ਪਿਤਾ ਘਰ ਪਹੁੰਚਦਾ ਹੈ ਤਾਂ ਉਸਦੇ ਵੱਡੇ ਪੁੱਤ ਦੀ ਮੌਤ ਹੋ ਚੁੱਕੀ ਹੁੰਦੀ ਹੈ। ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਬੈੱਡ ਦੇ ਬਾਕਸ 'ਚ ਰੱਖੀ ਹੋਈ ਸੀ ਜੋ ਜਾ ਕੇ ਪਿਓ ਦੇ ਵੱਲੋਂ ਕੱਢੀ ਜਾਂਦੀ ਹੈ ਤੇ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਹੈ। ਮਾਮਲਾ ਕਪੂਰਥਲਾ ਦੇ ਕਸਬਾ ਨਡਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨਸ਼ੇੜੀ ਭਰਾ ਦੇ ਵੱਲੋਂ ਹੀ ਨਸ਼ੇ ਦੀ ਪੂਰਤੀ ਨੂੰ ਲੈ ਕੇ ਆਪਣੇ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਨਾਂ ਭਰਾਵਾਂ ਦੇ ਵਿੱਚ ਫਰਿੱਜ ਵੇਚਣ ਨੂੰ ਲੈ ਕੇ ਬਹਿਸ ਹੋਈ ਸੀ। ਛੋਟਾ ਭਰਾ ਨਸ਼ੇ ਦੀ ਪੂਰਤੀ ਲਈ ਫਰਿੱਜ ਵੇਚਣਾ ਚਾਹੁੰਦਾ ਸੀ ਤੇ ਵੱਡਾ ਭਰਾ ਉਸ ਨੂੰ ਰੋਕ ਰਿਹਾ ਸੀ। ਇਸੇ ਨੂੰ ਲੈ ਕੇ ਗੱਲ ਇੰਨੀ ਵੱਧ ਗਈ ਕਿ ਛੋਟੇ ਭਰਾ ਨੇ ਬੇਰਹਿਮੀ ਨਾਲ ਆਪਣੇ ਵੱਡੇ ਭਰਾ ਨੂੰ ਮਾਰ ਦਿੱਤਾ ਉੱਤੇ ਉਸਦੀ ਲਾਸ਼ ਨੂੰ ਬੈੱਡ ਦੇ ਬਾਕਸ ਵਿੱਚ ਰੱਖ ਕੇ ਆਪਣੇ ਪਿਤਾ ਨੂੰ ਕਾਲ ਲਗਾ ਕੇ ਸਾਰੀ ਵਾਰਦਾਤ ਦੱਸ ਕੇ ਤੇ ਉੱਥੋਂ ਫਰਾਰ ਹੋ ਗਿਆ। ਮ੍ਰਿਤਕ ਦਾ ਨਾਮ ਕੁਲਵਿੰਦਰ ਸਿੰਘ ਸੀ, ਜਿਸ ਦੀ ਉਮਰ 26 ਸਾਲ ਸੀ ਅਤੇ ਉਸਦਾ ਛੋਟਾ ਭਰਾ ਸੁਖਵਿੰਦਰ ਜੋ ਕਿ ਨਸ਼ੇ ਦਾ ਆਦੀ ਸੀ ਤੇ ਉਸਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਕਾਫੀ ਸਮਾਨ ਹੌਲੀ ਹੌਲੀ ਕਰਕੇ ਵੇਚ ਦਿੱਤਾ ਸੀ ਤੇ ਹੁਣ ਘਰ ਦੀ ਫਰਿੱਜ ਵੀ ਵੇਚਣਾ ਚਾਹੁੰਦਾ ਸੀ, ਜਿਸ ਲਈ ਵੱਡੇ ਭਰਾ ਨੇ ਜਦੋਂ ਰੋਕਿਆ ਤਾਂ ਇਸ ਛੋਟੇ ਭਰਾ ਨੇ ਉਸਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਿਤਾ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਜੋ ਆਪਣੇ ਨੌਕਰੀ ਤੇ ਗਿਆ ਹੋਇਆ ਸੀ, ਤਾਂ ਪਿੱਛੋਂ ਛੋਟੇ ਭਰਾ ਦੇ ਵੱਲੋਂ ਕਤਲ ਕਰਨ ਤੋਂ ਬਾਅਦ ਆਪਣੇ ਪਿਤਾ ਨੂੰ ਕਾਲ ਲਗਾਈ ਜਾਂਦੀ ਹੈ ਤੇ ਇਹ ਦੱਸਿਆ ਜਾਂਦਾ ਹੈ ਕਿ ਉਸਨੇ ਵੱਡੇ ਭਰਾ ਨੂੰ ਮਾਰ ਦਿੱਤਾ ਹੈ ਤੇ ਬੈੱਡ ਦੇ ਬਾਕਸ ਵਿੱਚ ਲਾਸ਼ ਪਈ ਹੋਈ ਹੈ। ਪਿਤਾ ਇਹ ਸੁਣ ਕੇ ਘਬਰਾ ਜਾਂਦਾ ਹੈ, ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਜਦੋਂ ਉਹ ਘਰ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਵਾਕਈ ਬੈੱਡ ਦੇ ਵਿੱਚ ਉਸਦੇ ਵੱਡੇ ਪੁੱਤ ਦੀ ਲਾਸ਼ ਪਈ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਹੁਣ ਛੋਟੇ ਭਰਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਕੱਲ ਇੱਕ ਫੋਨ ਸ਼ੁਰੂ ਹੋਇਆ ਸੀ ਤੇ ਸੁਖਵਿੰਦਰ ਸਿੰਘ ਨਿੱਕਾ ਜੋ ਨਡਾਲਾ ਦੇ ਹਿੰਸੇ ਕਲੋਨੀ ਦਾ ਰਹਿਣ ਵਾਲਾ ਤੇ ਉਹਦੇ ਬੈੱਡ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਡੈਡ ਬੋਡੀ ਪਈ ਹੋਈ ਆ। ਉਹਦੇ ਵਿੱਚ ਮਾਨਯੋਗ SSP ਸਾਹਿਬ, SPD ਸਾਹਿਬ ਤੇ DSP ਭਾਰਤੀ ਦੇਸ਼ਾਂ ਨਸ਼ੇ ਦੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਉਹਦੇ ਸੰਬੰਧ ਇਹ ਗੱਲ ਸਾਹਮਣੇ ਆਈ ਆ ਵੀ ਇਹ ਆਪਣੇ ਅਜੀਤ ਸਿੰਘ ਸਾਨੂੰ ਬਲਕਾਰ ਸਿੰਘ ਜਿਹੜੇ ਹਿੰਮਤ ਕਲੋਨੀ ਦੇ ਰਹਿਣ ਵਾਲੇ ਆ, ਇਹਨਾਂ ਦੇ ਦੋ ਲੜਕੇ ਨੇ ਤੇ ਦੋਵੇਂ ਜਿਹੜੇ ਹੈਗੇ ਆ ਨਸ਼ਾ ਕਰਦੇ ਆਦਿ ਆ ਤੇ ਇਹਨਾਂ ਦਾ ਜਿਹੜਾ ਦੋਵਾਂ ਦਾ ਜਿਹੜਾ ਹੈਗਾ ਇੱਕ ਜਿਹੜੀ ਫਰਿੱਜ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ। ਉਸ ਗੱਲ ਨੂੰ ਇਹਨਾਂ ਦਾ ਜਿਹੜਾ ਹੈਗਾ ਤਕਰਾਰ ਹੋ ਗਿਆ ਵੀ ਫਰਿੱਜ ਕਿਉਂ ਵੇਚੀ ਆ, ਵੇਚ ਕੇ ਕਿਉਂ ਨਹੀਂ ਪੈਸੇ ਦਿੱਤੇ। ਇਸ ਸੰਬੰਧ ਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਨਿੱਕੇ ਭਰਾ ਦਾ ਜਿਹੜਾ ਕਤਲ ਕਰ ਦਿੱਤਾ ਤੇ ਉਹਦੇ ਸੰਬੰਧ ਦੇ ਵਿੱਚ ਇਹਦੇ ਪਿਤਾ ਦੇ ਬਿਆਨਾਂ ਦੇ ਜਿਹੜਾ ਸੀ ਕੁਲਵਿੰਦਰ ਸਿੰਘ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ FIR ਨੰਬਰ 58 ਸੈਕਸ਼ਨ 302 ਦੇ ਅਧੀਨ ਜਿਹੜਾ ਪਰਚਾ ਦਰਜ ਕਰ ਦਿੱਤਾ ਤੇ ਜਲਦੀ ਇਹਨੂੰ ਛਾਪੇਮਾਰੀ ਜਾਰੀ ਹੈ, ਗ੍ਰਿਫਤਾਰ ਕਰ ਲਿਆ ਜਾਂਦਾ। ਧੰਨਵਾਦ।